ਮਿਰਜ਼ਾ ਜੰਡ ਥੱਲੇ ਮਰਿਆ ਏ ਤੇ ਸਾਨੂੰ ਸਭ ਨੂੰ ਪਤਾ ਹੈ, ਪਰ ਇੱਕ ਸਿੱਖ ਜਿਸ ਨੂੰ ਜਿਉਂਦਾ ਹੀ ਜੰਡ ਨਾਲ ਬੰਨ ਕੇ ਸਾੜ ਦਿੱਤਾ ਗਿਆ ਸਾਡੇ ਵਿੱਚੋਂ ਬਹੁਤਿਆਂ ਨੂੰ ਨਹੀਂ ਪਤਾ ਹੋਣਾ। ਇਹ ਗੱਲ ਹੈ ਸਨ 1921 ਦੀ, ਜਦੋਂ ਗੁਰਦੁਆਰਾ ਨਨਕਾਣਾ ਸਾਹਿਬ ਤੇ ਮਹੰਤ ਨਾਰਾਇਣ ਦਾਸ ਦਾ ਕਬਜ਼ਾ ਸੀ। ਨਾਰਾਇਣ ਮਹੰਤ ਅਤੇ ਇਸ ਦੇ ਪਹਾੜੇ ਦੇ ਗੁੰਡੇ ਗੁਰਦੁਆਰੇ ਅੰਦਰ ਬਹੁਤ ਕੁਕਰਮ ਅਤੇ ਘਟੀਆ ਹਰਕਤਾਂ ਕਰਦੇ ਸੀ। ਇਸ ਦੀ ਖਬਰ ਮਿਲਦੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹੰਤਾਂ ਦਾ ਕਬਜ਼ਾ ਛੁਡਵਾਉਣ ਲਈ ਕਈ ਯਤਨ ਅਤੇ ਮੀਟਿੰਗਾਂ ਕੀਤੀਆਂ, ਜਿਸ ਵਿੱਚ ਅਲੱਗ ਅਲੱਗ ਜਥਿਆਂ ਨੇ ਨਨਕਾਣਾ ਸਾਹਿਬ ਜਾਣਾ ਸੀ, ਪਰ ਲਛਮਣ ਸਿੰਘ ਧਾਰੋਵਾਲੀ ਅਤੇ ਭਾਈ ਟਹਿਲ ਸਿੰਘ ਦੇ ਜਥੇ ਸਮੇਂ ਤੋਂ ਪਹਿਲਾਂ ਹੀ ਨਨਕਾਣਾ ਸਾਹਿਬ ਪਹੁੰਚ ਗਏ। ਨਾਰਾਇਣ ਮਹੰਤ ਅਤੇ ਇਸ ਦੇ ਗੁੰਡਿਆਂ ਨੇ ਨਿਹੱਥੇ ਸਿੱਖਾਂ ਤੇ ਤਲਵਾਰਾਂ ਅਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਅਤੇ ਅਨੇਕਾਂ ਸਿੱਖ ਸ਼ਹੀਦ ਕਰ ਦਿੱਤੇ, ਅਤੇ ਬਾਅਦ ਵਿੱਚ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਦਰਬਾਰ ਸਾਹਿਬ ਦੇ ਪਿੱਛੇ ਇੱਕ ਜੰਡ ਨਾਲ ਬੰਨ ਕੇ ਜਿਉਂਦਾ ਹੀ ਸਾੜ ਦਿੱਤਾ। ਫਿਰ ਬਾਅਦ ਵਿੱਚ ਸਿੱਖਾਂ ਦੇ ਸੰਘਰਸ਼ ਨਾਲ ਇਹਨਾਂ ਮਹੰਤਾਂ ਨੂੰ ਗੁਰੂ ਘਰਾਂ ਵਿੱਚੋਂ ਕੱਢਿਆ ਗਿਆ ਅਤੇ ਚਾਬੀਆਂ ਆਪਣੇ ਹੱਥੀਂ ਕੀਤੀਆਂ।